पिछले महीने जिहड़ा धरना लगा सीगा ਉਹ ਧਰਨੇ ਦੇ ਵਿੱਚ ਮੁੱਖ ਮੰਗ ਜਿਹੜੀ ਇਹ ਰੋਡ ਦੀ ਰੱਖੀ ਗਈ ਸੀ ਵੀ ਇਸ ਰੋਡ ਨੂੰ ਜਿਹੜਾ ਇਹਨਾਂ ਦੇ ਖੱਡੇ ਭਰ ਦਿੱਤੇ ਜਾਣ 24 ਤਰੀਕ ਨੂੰ ਐਡੀਐਮ ਸਾਹਿਬ ਦੇ ਨਾਲ ਮੀਟਿੰਗ ਹੁੰਦੀ ਏ ਤਾਂ ਐਡੀਐਮ ਸਾਹਿਬ ਤੇ PWD ਐਕਸ਼ਨ ਸਾਹਿਬ ਮਨਪ੍ਰੀਤ ਸਿੰਘ ਸਦੇਸ਼ ਕੁਮਾਰ ਜੀ ਜਈ ਓਂਕਾਰ ਸਿੰਘ ਜੀ SDO ਸਾਹਿਬ ਉਹਨਾਂ ਦੇ ਜਿਹੜੇ ਨੇ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਜਾਂਦਾ ਐਡੀਐਮ ਸਾਹਿਬ ਦੇ ਦਫ਼ਤਰ ਦੇ ਵਿੱਚ ਹੀ ਮੀਟਿੰਗ ਹੁੰਦੀ ਏ ਤਾਂ ਉੱਥੇ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ 5-4 ਦਿਨ ਦੇ ਵਿੱਚ ਜਿਹੜੇ ਇਹ ਖੱਡੇ ਪੂਰ ਦਿੱਤੇ ਜਾਣਗੇ। ਉਹਨਾਂ ਨੇ ਟਾਈਲਾਂ ਭਰਨ ਦਾ ਕੰਮ ਸ਼ੁਰੂ ਕੀਤਾ, 5-7 ਖੱਡੇ ਭਰ ਕੇ ਤਾਂ ਉਹ ਗੋਂਗਲਾਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਰਕੇ ਤਾਂ ਉਹ ਖੱਡੇ ਜਿਹੜੇ ਨੇ ਉੱਥੇ ਬੰਦ ਕਰ ਦਿੱਤੇ। ਇਹ ਖੱਡੇ ਨਹੀਂ ਭਰੇ, ਬੜੀ ਵੱਡੀ ਨਾਕਾਮੀ ਹੈ ਸਰਕਾਰ ਦੀ, ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬੜੀ ਵੱਡੀ ਨਾਕਾਮੀ ਹੈ। ਧਰਨਾ ਲਾਉਣ ਦੇ ਬਾਵਜੂਦ ਵੀ ਵਿਸ਼ਵਾਸ ਦਬਾ ਕੇ ਠਾਇਆ ਗਿਆ ਤਾਂ ਉਹਦੇ ਉੱਪਰ ਫਿਰ ਜਿਹੜਾ ਕੰਮ ਨਹੀਂ ਕੀਤਾ ਗਿਆ। ਸੰਗਤਾਂ ਦੀ ਸੇਵਾ ਦੇ ਨਾਲ ਜਿਹੜਾ ਉਹ ਕੰਮ ਪੂਰਾ ਕੀਤਾ ਜਾ ਰਿਹਾ ਤਾਂ ਬੜੀ ਵੱਡੀ ਚਪੇੜ ਹੈ ਇੱਕ ਸਰਕਾਰ ਦੇ ਮੂੰਹ 'ਤੇ, ਆਮ ਆਦਮੀ ਪਾਰਟੀ ਦੇ, ਖਾਸ ਕਰਕੇ MLA ਜਿਹੜਾ ਰਣਵੀਰ ਸਿੰਘ ਭੁੱਲਰ ਹੈ ਉਹਨਾਂ ਦੇ ਮੂੰਹ 'ਤੇ ਆ, ਕਿਉਂਕਿ ਉਹਨਾਂ ਦਾ ਹਲਕਾ। ਸਵਾਗਤ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ। ਮੈਂ ਹਰਨੇਕ ਸਿੰਘ ਭੁੱਲਰ। ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਨਵੀਂ ਤੋਂ ਨਵੀਂ ਤੁਹਾਡੇ ਕੋਲ ਇਹ ਖਬਰ ਅਸੀਂ ਲੈ ਕੇ ਆਉਣੇ ਹਾਂ, ਲੇਕਿਨ ਇਹ ਖਬਰ ਸਰਕਾਰ ਨੂੰ ਖਾਸ ਤੌਰ 'ਤੇ ਆਮ ਆਦਮੀ ਪਾਰਟੀ ਨੂੰ ਸ਼ਰਮਸ਼ਾਰ ਕਰਨ ਵਾਲੀ ਹੈ, ਕਿਉਂਕਿ 6 ਮਹੀਨੇ ਹੋ ਗਏ ਆ ਬੜੇ ਵੱਡੇ ਵੱਡੇ ਵਾਅਦੇ ਜਿਹੜੇ ਕਹਿੰਦੀ ਸੀ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਹਾਂ। ਸੋ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਅਸੀਂ ਫਿਰੋਜ਼ਪੁਰ ਦੇ ਬਿਲਕੁਲ ਨਜ਼ਦੀਕ ਅਸੀਂ ਮੌਜੂਦ ਹਾਂ, ਜਿੱਥੇ ਕਿ ਇਲਾਕਾ RFK ਦੀ ਸੰਗਤ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਔਰ ਸੜਕ ਬਣਾਈ ਜਾ ਰਹੀ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਾਰਿਆਂ ਨੇ ਜੋ ਰਲ ਮਿਲ ਕੇ ਇੱਥੇ ਜਿਹੜੀ ਸੰਗਤ ਬਣਾਈ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਖੱਡੇ ਭਰੇ ਜਾ ਰਹੇ ਆ, ਸਾਰਾ ਕੁਝ ਕੀਤਾ ਜਾ ਰਿਹਾ ਸੰਗਤ ਵੱਲੋਂ ਉਪਰਾਲਾ, ਜਿਹੜੇ RFK ਦੀ ਸੰਗਤ ਹੈ ਉਹਨਾਂ ਵੱਲੋਂ ਉਪਰਾਲਾ ਔਰ ਸਾਡੇ ਜਿਹੜੇ ਨੌਜਵਾਨ ਨੇ ਉਹ ਸਾਰੇ ਸੰਗਤ ਜਿਹੜੀ ਸੰਗਤ ਦੇ ਰੂਪ 'ਚ ਸੇਵਾ ਕਰ ਰਹੇ ਆ। ਸਵੇਰ ਤੋਂ ਲੱਗੇ ਆ, ਇੱਕ ਦਿਨ ਅੱਗੇ ਵੀ ਲਾਇਆ ਸੀ ਇਹਨਾਂ ਨੇ, ਲੇਕਿਨ ਖਾਸ ਤੌਰ 'ਤੇ ਜਿਹੜਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਵਾਸਤੇ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ, ਕਿਉਂਕਿ ਬਹੁਤ ਵੱਡੇ ਜਿਹੜੇ ਵਾਅਦੇ। ਔਰ ਇਸ ਤੋਂ ਪਹਿਲਾਂ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 2 ਦਿਨ ਦਾ ਧਰਨਾ ਵੀ ਲਾਇਆ ਸੀ, SDO ਫਿਰੋਜ਼ਪੁਰ ਨੇ ਵਿਸ਼ਵਾਸ ਹੀ ਦਵਾਇਆ ਸੀ, ਲੇਕਿਨ ਉਸ ਤੋਂ ਬਾਅਦ ਜਿਹੜਾ MLA ਆ ਫਿਰੋਜ਼ਪੁਰ ਰਣਵੀਰ ਸਿੰਘ ਭੁੱਲਰ ਉਸਨੇ ਵਿਸ਼ਵਾਸ ਦਵਾਇਆ ਸੀ, ਲੇਕਿਨ ਰਿਪੇਅਰ 'ਤੇ ਵੀ ਗੱਲ ਨਹੀਂ ਨਿਬੜੀ। ਤੋਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਥੋੜ੍ਹੇ ਦਿਨਾਂ ਬਾਅਦ ਜਿਹੜਾ ਬੀੜ ਬਾਬਾ ਬੁੱਢਾ ਜੀ ਸੰਤ ਬਾਬਾ ਬੁੱਢਾ ਸਿੰਘ ਜੀ ਜੋੜ ਮੇਲਾ ਵੀ ਆ ਰਿਹਾ। ਸੋ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜਾ ਜੋਨ ਬਾਬਾ ਰਾਮ ਲਾਲ ਜੀ ਦੇ ਸਾਡੇ ਨਾਲ ਜੁੜਿਆ ਵੀਰ ਸਰਜੀਤ ਸਿੰਘ ਨੂੰ ਆਪਣੇ ਗੱਲਬਾਤ ਕਰਨਗੇ। ਵੀਰ ਜੀ ਕੀ ਕਹਿਣਾ ਚਾਹੋਗੇ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ? ਬਿਲਕੁਲ ਜੀ, ਜਿਹੜਾ ਅੱਜ ਗੁਰਦੁਆਰਾ ਬਾਬਾ ਰਾਮ ਲਾਲ ਜੀ ਉਹਨਾਂ ਦੇ ਉੱਥੇ ਜਿਹੜੇ ਪ੍ਰਬੰਧਕ ਨੇ ਬਾਬਾ ਦਿਲਬਾਗ ਸਿੰਘ ਜੀ ਅਤੇ ਪਿੰਡ ਬੱਗੇ ਵਾਲੇ ਦੀ ਜਿਹੜੀ ਸੰਗਤ ਵੱਲੋਂ ਜਿਹੜਾ ਅੱਜ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ, ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ। ਦੇਖੋ 23 ਅਤੇ 24 ਤਰੀਕ ਨੂੰ ਪਿਛਲੇ ਮਹੀਨੇ ਜਿਹੜਾ ਧਰਨਾ ਲੱਗਾ ਸੀਗਾ ਉਹ ਧਰਨੇ ਦੇ ਵਿੱਚ ਮੁੱਖ ਮੰਗ ਜਿਹੜੀ ਇਹ ਰੋਡ ਦੀ ਰੱਖੀ ਗਈ ਸੀਗੀ ਵੀ ਇਸ ਰੋਡ ਨੂੰ ਜਿਹੜਾ ਇਹਨਾਂ ਦੇ ਖੱਡੇ ਭਰ ਦਿੱਤੇ ਜਾਣ। 24 ਤਰੀਕ ਨੂੰ SDO ਸਾਹਿਬ ਦੇ ਨਾਲ ਮੀਟਿੰਗ ਹੁੰਦੀ ਏ ਤਾਂ SDO ਸਾਹਿਬ ਅਤੇ PWD ਐਕਸ਼ਨ ਸਾਹਿਬ ਮਨਪ੍ਰੀਤ ਸਿੰਘ ਸਦੇਸ਼ ਕੁਮਾਰ ਜੀ ਜਈ ਓਂਕਾਰ ਸਿੰਘ ਜੀ SDO ਸਾਹਿਬ ਉਹਨਾਂ ਦੇ ਜਿਹੜੇ ਨੇ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਜਾਂਦਾ SDO ਸਾਹਿਬ ਦੇ ਦਫ਼ਤਰ ਦੇ ਵਿੱਚ ਹੀ ਮੀਟਿੰਗ ਹੁੰਦੀ ਏ ਤਾਂ ਉੱਥੇ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ 5-4 ਦਿਨ ਦੇ ਵਿੱਚ ਜਿਹੜੇ ਇਹ ਖੱਡੇ ਪੂਰ ਦਿੱਤੇ ਜਾਣਗੇ। ਪਰੰਤੂ ਉਹਨਾਂ ਨੇ ਟਾਈਲਾਂ ਭਰਨ ਦਾ ਕੰਮ ਸ਼ੁਰੂ ਕੀਤਾ, 5-7 ਖੱਡੇ ਭਰ ਕੇ ਤਾਂ ਉਹ ਗੋਂਗਲਾਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਰਕੇ ਤਾਂ ਉਹ ਖੱਡੇ ਜਿਹੜੇ ਨੇ ਉੱਥੇ ਹੀ ਬੰਦ ਕਰ ਦਿੱਤੇ। ਦੁਬਾਰਾ ਫਿਰ SDO ਸਾਹਿਬ ਦੇ ਨਾਲ ਮੀਟਿੰਗ ਹੋਈ, ਪਰੰਤੂ ਉਹਦੇ 'ਤੇ ਵੀ ਜਿਹੜਾ ਹੈ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਇਹ ਜਿਹੜੇ ਖੱਡੇ ਭਰ ਦਿੰਦੇ ਆ, ਪਰੰਤੂ ਉਹ ਫਿਰ ਨਹੀਂ ਭਰੇ ਗਏ। ਤਾਂ ਉਸ ਤੋਂ ਬਾਅਦ 13 ਤਰੀਕ ਨੂੰ ਜਿਹੜਾ ਰਣਵੀਰ ਸਿੰਘ ਭੁੱਲਰ ਦੇ ਜਿਸ ਦਿਨ ਮੰਗ ਪੱਤਰ ਦਿੱਤੇ 12 ਤਰੀਕ ਨੂੰ, ਤਾਂ 12 ਤਰੀਕ ਨੂੰ ਵੀ ਜਿਹੜਾ ਭੁੱਲਰ ਸਾਹਿਬ ਵੱਲੋਂ MLA ਸਾਹਿਬ ਹੈ ਜੋ ਇੱਥੋਂ ਦੇ ਰਣਵੀਰ ਸਿੰਘ ਭੁੱਲਰ ਜੀ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਇਹ ਜਿਹੜੇ ਖੱਡੇ ਭਰ ਦਿੱਤੇ ਜਾਣਗੇ। ਪਰੰਤੂ 6-7 ਤਰੀਕ ਨੂੰ ਜਿਹੜਾ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਆ ਰਿਹਾ, ਬਹੁਤ ਜ਼ਿਆਦੀਆਂ ਸੰਗਤਾਂ ਜਿਹੜੀਆਂ ਮੁਕਤਸਰ ਸਾਹਿਬ ਤੋਂ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਿਹੜਾ ਗੁਰਦੁਆਰਾ ਸਾਹਿਬ ਦੇ ਤਾਂ ਉੱਥੇ ਜਾਂਦੀਆਂ ਨੇ। ਤਾਂ ਸਰਕਾਰ ਨੇ ਇਹ ਖੱਡੇ ਨਹੀਂ ਭਰੇ,
बड़ी वड्डी नाकामी है सरकार की, आम आदमी पार्टी की सरकार की बड़ी वड्डी नाकामी है। धरना लाउण दे बावजूद भी विश्वास दबा के ठाया गया तो उन्दे उपर फिर जिहड़ा काम नहीं किया गया। तो देखो एक सरकार दे मूँह दे उत्ते चपेट है कि जिहड़ा एक हाईवे दे उत्ते सड़क जिहड़ी है खड्डे पए हुए ने, जिहड़े सड़क बन किनारे आ उन्दे उपर जिहड़ा अज संस्था वल्लों ते संगतां दी सेवा दे नाल जिहड़ा है वह काम पूरा किया जा रहा है, तो बड़ी वड्डी चपेट आ एक सरकार दे मूँह ते, आम आदमी पार्टी दे खास करके MLA जिहड़ा रणबीर सिंह भुल्लर है उन्हां दे मूँह ते आ, क्योंकि उन्हां दा हलका है। ये जिहड़ा हाईवे आ ये मलोड मुक्तसर तो लैके जम्मू तिकर जिहड़ा जोड़न वाला हाईवे आ पट्टी अमृतसर नूं जांदा है, सरकार ने इहदे उत्ते काम नहीं किया तो बड़ी वड्डी चपेट आ उन्हां दे, बड़ी वड्डी नाकामी उन्हां दी जिहड़ा है, उन्होंने विच्चे ही काम विश्वास दिवाउण तो बाद च वी जिहड़ा विच्चे काम छड्ड दित्ता गया। सो बहुत बहुत धन्नवाद भीर जी। मेरे नाल बाबा दिलबाग सिंह जी जिहड़े कि गुरद्वारा बाबा राम लाल दे मुखी ने, मुख सेवादार ने। बाबा जी की कहना चाहोगे इस पराले बारे और सरकार ने जो नलायकी दिखाई उन्दे बारे की कहना चाहोगे? ਅਸੀਂ ਤਾਂ ਸੰਗਤ ਦਾ ਹੀ ਧੰਨਵਾਦ ਕਰਦੇ ਹਾਂ ਜੀ। ਠੀਕ ਹੈ ਜੀ। ਜਿਹੜੀ ਸੰਗਤ ਸਾਰੀ ਰਲ ਮਿਲ ਕੇ ਇਲਾਕੇ ਦੀ ਗੁਰਦੁਆਰਾ ਬਾਬੇ ਰਾਮ ਲਾਲ ਤੋਂ ਤੁਰਦੇ ਰਹੇ ਹਾਂ, ਅਤੇ ਸਾਰੀ ਸੰਗਤ ਉਹ ਮੁੱਠੀ ਵਾਲੇ ਤੋਂ ਲੈ ਕੇ ਜਿਹੜਾ ਵੱਡਾ ਪੁਲ ਉਹ ਵੀ ਨਵਾਂ ਪੁਲ ਤੋਂ ਇੱਥੋਂ ਤੀਕਰ ਬੱਧੀ 250-300 ਬੋਰੀ ਉੱਧਰ ਲੱਗੀ ਆ ਅਤੇ ਇੱਧਰ ਵੀ ਸਵੇਰ ਦੇ ਲੱਗੇ ਹਾਂ ਅੱਜ। ਅਸੀਂ ਤਾਂ ਉਹ ਆਨੇ ਸੰਗਤ ਦੇ ਧੰਨਵਾਦ, ਸਾਰਿਆਂ ਦੇ ਘਰ ਘਰ ਜਾ ਕੇ ਸਿਨੇਹਾ ਦਿੱਤਾ। ਸਰਕਾਰ ਦਾ ਕੰਮ ਅਸੀਂ ਕੀ ਕਹਿ ਸਕਦੇ ਹਾਂ ਸਰਕਾਰ ਨੂੰ, ਠੀਕ ਨਹੀਂ ਉਹਨਾਂ ਨੂੰ ਆਪ ਹੀ ਚਾਹੀਦੀ ਆ ਇਹ ਕੰਮ ਕਰਨਾ ਚਾਹੀਦਾ। ਬਾਕੀ ਉਹ ਸਰਕਾਰਾਂ ਵੱਡੀਆਂ ਵੀ ਉਹਨਾਂ ਦੇ ਜੋੜ ਵੱਡੇ ਆ, ਉਹ ਨਹੀਂ ਕਰਦੇ ਹੁਣ ਤੱਕ, ਬਾਕੀ ਕਰ ਸਕਦੇ ਆ, ਠੀਕ ਨਹੀਂ ਦਰਖਾਸਤਾਂ ਹੀ ਵਧੇ। ਸੋ ਮੇਰੇ ਨਾਲ ਸਰਪੰਚ ਸਾਰ ਸਿੰਘ ਜੀ ਪਿੰਡ ਬੱਗੇਵਾਲੇ ਤੋਂ ਜੁੜੇ ਆ। ਵੀਰ ਜੀ ਕੀ ਕਹਿਣਾ ਚਾਹੋਗੇ ਇਸ ਪਰਾਲੇ ਬਾਰੇ ਔਰ ਖਾਸ ਤੌਰ 'ਤੇ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਜੋ ਵੱਡੇ ਵੱਡੇ ਦਾਅਵੇ ਕਰਦੀ ਉਹ ਕੀ ਕਹਿਣਾ ਚਾਹੋਗੇ ਇਸ ਬਾਰੇ? ਅਸੀਂ ਸਭ ਤੋਂ ਪਹਿਲਾਂ ਤਾਂ ਬੇਨਤੀ ਕਰਦੇ ਹਾਂ ਕਿ ਗੁਰੂ ਰਾਮਦਾਸ ਜੀ ਦੇ ਦਰਬਾਰ ਨੂੰ ਹਰ ਐਤਵਾਰ 10,000 ਤੋਂ ਵੱਧ ਲੋਕ ਬੱਸਾਂ ਜਾਂਦੀਆਂ ਦਰਸ਼ਨ ਮੇਲੇ ਕਰਨ ਰੁਕ ਜਾਂਦੇ ਆ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਆ ਰਿਹਾ, ਉਹਦੇ 'ਤੇ 5,00,000 ਤੋਂ ਵੱਧ ਲੋਕ ਸੜਕ 'ਤੇ ਲੰਘ ਕੇ ਜਾ ਕੇ ਮੱਥਾ ਟੇਕਦੇ। ਉਹਦੇ ਬਾਰੇ ਬੇਨਤੀ ਹੈ ਵੀ ਸੜਕ ਸਰਕਾਰ ਨੇ ਮਤਲਬ ਗੱਲ ਟੁੱਟੀ ਹੈ, ਵਾਰ ਵਾਰ ਬੇਨਤੀਆਂ ਕਰਨ 'ਤੇ ਨਹੀਂ ਵਧੀ। ਸਾਡੇ ਸੰਘਰਸ਼ ਕਮੇਟੀ ਨੇ 2 ਦਿਨ ਰਾਤ ਭਰ ਦਿਨ ਧਰਨਾ ਲਾ ਛੱਡਿਆ, ਸਰਕਾਰ ਨੇ ਇੱਕ ਅਸਰ ਨਹੀਂ ਕੀਤਾ। ਹੁਣ ਫਿਰ ਸਾਨੂੰ ਖੀਰ ਦੀ ਬਾਕੀ ਸਾਲਾਨਾ ਜੋੜ ਮੇਲਾ ਨੇੜੇ ਆਉਣ ਕਰਕੇ ਆਪ ਨੂੰ ਸਾਰਾ ਬਾਬਾ ਦਿਲਬਾਗ ਸਿੰਘ ਅਰਪਿਆਂ ਲਈ ਅਸੀਂ ਸਾਰੇ ਪਿੰਡਾਂ ਨੇ ਰਲ ਕੇ ਸੰਯੋਗ ਦੇ ਨਾਲ ਸੜਕ ਦੁਬਾਰਾ ਬੰਨਣ ਦੀ ਤਿਆਰੀ ਕੀਤੀ ਹੈ। ਇਹੋ ਬੇਨਤੀ ਕਰਨੀ ਹੁਣ ਸਰਕਾਰ ਨੂੰ, ਤਾਂ ਤੁਸੀਂ ਜਾਣਦੇ ਜੇ ਜੋ ਕੀਤਾ ਸੀ। ਇਹ ਸਰਪੰਚ ਸਾਹਿਬ ਆਪਾਂ ਕੀ ਕਹਿ ਸਕਦੇ ਵੀ ਫਿਰ ਲੋਕ ਵੱਡੇ ਹੋਏ ਨਾ, ਜੋ ਕੰਮ ਜੋ ਮਤਲਬ ਕਿ ਸਰਕਾਰਾਂ ਕੰਮ ਨਹੀਂ ਕਰ ਸਕਦੀਆਂ, ਖਾਸ ਤੌਰ 'ਤੇ ਆਮ ਆਦਮੀ ਪਾਰਟੀ ਜਾਂ ਕਹਿ ਲਓ ਵੀ ਧਰਨਾ ਪ੍ਰਦਰਸ਼ਨ ਵੀ 2 ਦਿਨ ਦਾ ਹੋਇਆ, ਉਸ ਤੋਂ ਬਾਅਦ ਮੰਗ ਪੱਤਰ ਵੀ ਦਿੱਤੇ ਗਏ, ਕਹਿ ਲਓ ਵੀ ਲੋਕਲ ਜੋ ਸਾਰਾ ਏਰੀਆ ਮਿਲ ਲਓ ਦਾ ਵੀ ਸਾਰੇ SDM ਨੂੰ, DC ਨੂੰ, ਮਤਲਬ ਕਿਹੜਾ ਤਹਿਸੀਲਦਾਰ ਨੂੰ ਉਹਨਾਂ ਵਿਸ਼ਵਾਸ ਵੀ ਦਵਾਇਆ, ਸਾਰਿਆਂ ਨੂੰ ਮਿਲੇ। ਲੇਕਿਨ ਉਹ ਕਦੇ ਮਤਲਬ ਕਹਿਣ ਦਾ ਮਤਲਬ ਕਿ ਲੋਕਾਂ ਨੇ ਆਖਿਰ ਉਪਰਾਲਾ ਕੀਤਾ, ਉਹ ਚੰਗੀ ਗੱਲ ਹੈਗੀ। ਵੇਖੋ ਜੀ, ਲੋਕਾਂ ਉਪਰਾਲਾ ਕੀਤਾ, ਇੱਕ ਬੱਗੇਵਾਲੇ ਤੋਂ ਸਮਾਨ ਵਾਲਾ ਹੀ ਸਾਰੀ ਸੜਕ ਹਰਪਕੇ ਤੋਂ ਬੰਨ ਕੇ ਗਏ ਆ। SDM ਸਾਹਿਬ ਨੂੰ 2 ਵਾਰ ਰੋਜ਼ਾਨਾ SDM ਸਾਹਿਬ ਦਾ ਪਿੰਡ ਲੰਘ ਕੇ ਜਾਂਦਾ, ਮੌਕੇ 'ਤੇ ਅਸੀਂ ਖਿਲਾਰ ਕੇ 2 ਵਾਰ ਵਿਖਾਇਆ। ਆਹਦਾ ਮੈਂ ਹਲਥ ਨੂੰ ਕਹਿਤਾ ਹੈ ਕੱਲ੍ਹ ਨੂੰ ਤੁਹਾਡੀ ਇਹ ਬੰਦ ਹੋਜੂਗੀ, ਜਿਹੜੀ ਲੀਗਿੰਗ ਬੰਦ ਹੋਜੂਗੀ ਸੜਕ, ਅਸੀਂ ਉੱਥੇ ਇੰਨਾ ਜ਼ਿਆਦਾ ਖਪਾ ਕੀਤਾ ਕੋਈ ਹਿਸਾਬ ਨਹੀਂ। ਪਰ ਉਹ ਸਰਕਾਰ ਨੇ ਮਤਲਬ ਇਵੇਂ ਗੱਲ ਵੀ ਭੋਰਾ ਵੀ ਤਾਂ ਅਸਰ ਨਹੀਂ ਕੀਤਾ, ਉਹਦਾ ਸਰਪੰਚ ਨਹੀਂ ਪਾਣੀ ਬੰਦ ਕਰਨ ਦਿੰਦਾ, ਉਹ ਨਹੀਂ ਕਰਨ ਦਿੰਦਾ, ਉਹ ਸਾਰਾ ਪਾਣੀ ਪੈ ਕੇ ਉਹ ਸਾਡੀ ਮਿਹਨਤ ਕੀਤੀ ਜਿਹੜੀ ਉਹ ਬਿਲਕੁਲ ਨਾਕਾਮ ਜਾਣ ਡਈ, ਉਹ ਸਾਰਾ ਫਿਰ ਦੁਬਾਰਾ ਟੁੱਟੀ ਜਾਂਦੀ ਉਸੇ ਤਰ੍ਹਾਂ ਸੜਕ। ਅਸੀਂ ਉਹਨੂੰ ਬੇਨਤੀ ਵਾਰ ਵਾਰ SDM ਸਾਹਿਬ ਨੂੰ ਕਰਦੇ ਰਹੇ ਹਾਂ, ਅੱਜ ਵੀ ਮੈਂ ਤੁਹਾਨੂੰ ਫੋਨ ਵਿਖਾ ਦਿੰਦਾ, ਮੈਂ 3 ਫੋਨ ਉਹਨੂੰ ਲਾਏ ਆ, ਅੱਜ ਵੀ ਮੇਰਾ ਫੋਨ ਨਹੀਂ ਉਹਨਾਂ ਚੁੱਕਿਆ, ਬੇਨਤੀਆਂ ਕਰਨ ਦੇ ਬਾਵਜੂਦ ਵੀ ਉਹ ਨਹੀਂ ਚੁੱਕਿਆ। ਅਸੀਂ ਹੁਣ ਉਹ ਤਾਂ ਸਰਕਾਰਾਂ ਦਾ ਕਿਸੇ ਚੰਗੇ ਮਾੜੇ ਦਾ ਨਾਂ ਤਾਂ ਲੈਣਾ ਕਿਸੇ ਦਾ ਚਾਹੁੰਦੇ ਨਹੀਂ, ਫਲਾਣੇ ਚੰਗਾ ਕੀਤਾ ਫਲਾਣੇ, ਹੁਣ ਕਈ ਮਤਲਬ ਇਵੇਂ ਗੱਲ ਫੌਜਾਂ ਇਹੋ ਜਿਹੀਆਂ ਹੈਗੀਆਂ ਹੈ, ਸਰ ਕਈਆਂ ਸਰਕਾਰਾਂ ਦੇ ਨੁਮਾਇੰਦੇ ਉਹ ਇੱਥੇ ਆਣ ਕੇ ਸੇਵਾ ਵੀ ਕਰਕੇ ਗਏ ਆ, ਪਰ ਅਸੀਂ ਨਾਂ ਨਹੀਂ ਕਿਸੇ ਨੂੰ ਕ੍ਰੈਡਿਟ ਨਹੀਂ ਦੇਣਾ ਵੀ ਫਲਾਣਾ ਕਰ ਗਿਆ ਟਿਮਕੜਾ ਨਹੀਂ ਕਰਕੇ ਗਿਆ। ਅਸੀਂ ਤਾਂ ਇਹ ਗੱਲ ਆਉਂਦੇ ਹਾਂ ਵੀ ਜੇ ਸਰਕਾਰ ਨੇ ਨਹੀਂ ਕੰਮ ਚੰਗਾ ਕੀਤਾ ਸਾਰੇ ਮੁਲਕ ਨੂੰ ਦੀਦਾ, ਇਹ ਸਾਡੇ ਦੱਸਣ ਦੇ ਬਾਵਜੂਦ ਨਹੀਂ, ਜੇ ਅਸੀਂ ਦੱਸੀ ਜਾਵਾਂਗੇ ਰੌਲਾ ਪਾਈ ਜਾਵਾਂਗੇ ਤਾਂ ਵੀ ਉਹ ਗੱਲ ਹੈ, ਜੇ ਨਾ ਪਾਵਾਂਗੇ ਤਾਂ ਵੀ ਉਹ ਗੱਲ ਹੈ, ਇੰਨੀ ਬੇਨਤੀ ਹੈ ਪ੍ਰਵਾਨ। ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਇਹ ਸਾਰੇ ਸਾਡੇ ਇਲਾਕੇ ਦੀ ਸੰਗਤ, RFK ਦੀ ਸੰਗਤ ਔਰ ਇਸ ਮੋਤਬਾਰ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਖ ਵੱਖ ਜਿਹੜੇ ਨੁਮਾਇੰਦੇ ਖੜ੍ਹੇ ਆ, ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਵੱਡੀ ਨਲਾਇਕੀ ਆਮ ਆਦਮੀ ਪਾਰਟੀ ਸਰਕਾਰ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਜਿਹੜਾ ਸਰਕਾਰ ਨੇ ਕੁਛ ਪੱਲੇ ਨਹੀਂ ਪਾਇਆ ਲੋਕਾਂ ਦੇ, ਆਖਿਰਕਾਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇਸ ਸੜਕ ਦੀ ਬਹੁਤ ਵੱਡੀ ਆਵਾਜਾਈ ਹੈ, ਮੁੱਖ ਮਾਰਗ ਕਹਿ ਸਕਦੇ ਹਾਂ ਜਿਹੜਾ ਮਾਝੇ ਨੂੰ ਔਰ ਮਾਲਵੇ ਨੂੰ ਖਾਸ ਤੌਰ 'ਤੇ ਦੁਆਬੇ ਨੂੰ ਜੋੜਦਾ, ਔਰ ਇਹ ਜਿਹੜਾ ਰੋਡ ਹੈ ਗੰਗਾਨਗਰ ਰਾਜਸਥਾਨ ਤੱਕ ਆ, ਇੱਧਰ ਮੁਕਤਸਰ ਸਾਹਿਬ ਸਖਤ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਜਾਂਦਾ। ਸੋ ਇਲਾਕਾ ਨਿਵਾਸੀਆਂ ਨੇ ਜਿਹੜਾ ਉੱਦਮ ਕੀਤਾ, ਉੱਦਮ ਦੀ ਸਰਾਹਣਾ ਕਰਨੀ ਬਣਦੀ ਹੈ। ਸੋ ਤੁਸੀਂ ਇਸੇ ਤਰ੍ਹਾਂ ਚੈਨਲ ਦੇ ਨਾਲ ਜੁੜੇ ਰਹੋ, ਸਾਡੀ ਧਰਤੀ ਸਾਡੇ ਲੋਕ, ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।